हाँ जी भी जी सारा भी सत श्रीकाल जी। संदीप डेवन डब्बो पर वेलकम है जी। लो भी जी अज फिर आप दलशेर सिंह सरपंच को पहुँच चुके हैं जी। तो अज भाई उन्होंने को बहुत ही टॉप की मझ सेल आ प्योर जात विच नीली रावी जी असल नीली रावी आ। तो आओ हम आप भाई जी गलबात करते जी हम आप। हाँ जी भाई जी सत श्रीकाल जी। होर भाजी किदा जी? बस वधिया चढ़दी कला तुसीं सुनाओ जी। ਕਿਵੇਂ ਚੱਲ ਰਿਹਾ ਕੰਮ ਜੀ? ਬਸ ਵਧੀਆ ਜੀ, ਹੁਣ ਤਾਂ ਬੜਾ ਕਣਕ ਕੁਣਕ ਤਾਂ ਫ੍ਰੀ ਹੋਏ। ਹਾਂਜੀ ਹਾਂ ਬਿਲਕੁਲ, ਮੱਝਾਂ ਮੁੱਝਾਂ ਵਾਲੇ ਪਾਸੇ ਹੋ ਗਏ ਜੀ। ਮੱਝਾਂ ਵੱਲ ਧਿਆਨ ਦਿੱਤਾ। ਅਤੇ ਕਿਵੇਂ ਫਿਰ ਜਾ ਰਹੇ ਫਿਰ ਪੀੜੀ ਹੋ ਕੇ ਨਹੀਂ ਜੀ? ਹਾਂਜੀ ਜਾ ਰਹੇ ਹਾਂ। ਜਾਓ ਪਸ਼ੂ ਲੈ ਕੇ ਜਾਓ ਨਾ। ਖੜਾਂਗੇ ਵੱਡੀ ਮੱਝ। ਅੱਛਾ ਵੱਡੀ ਮੱਝ ਲੈ ਕੇ ਜਾਓ। ਚੁਆਈ ਦੇ ਕਿਸ ਤਰ੍ਹਾਂ ਜੀ? ਨਹੀਂ ਬਿਊਟੀ ਤੇ, ਬਿਊਟੀ ਲੈ ਕੇ ਜਾਓ। ਡਰਾਈ ਮੇਰੇ ਖਿਆਲ 8 ਕਿਲੋ ਦੁੱਧ ਹੋਣਾ। ਅੱਛਾ ਜੀ, ਅਤੇ ਕੱਟਾ ਹੀ ਚੁੰਘਦਾ ਉਹਨੂੰ ਅਜੇ। ਠੀਕ ਹੈ ਜੀ, ਅਤੇ ਉੱਥੇ ਦੁੱਧ 'ਚ ਖੜਾਂਗੇ ਬਿਊਟੀ। ਬਿਊਟੀ ਲੈ ਕੇ ਜਾਓ। ਚਲੋ ਵਧੀਆ ਜੀ ਵਧੀਆ। ਅੱਜ ਫਿਰ ਕੁਛ ਸੇਲ ਆ ਆਪਣੇ ਕੋਲ ਜੀ? ਆਹ ਝੋਟੀ ਵੇਚਣੀ ਹੈ ਇੱਕ। ਅੱਛਾ ਜੀ, ਹਾਂਜੀ ਘਰੋਂ ਹੀ ਝੋਟੀ। ਠੀਕ ਹੈ ਜੀ। ਇਹ ਘਰ ਦੀ ਮਾਜੀ ਜੀ ਆਪਣੀ? ਹਾਂਜੀ ਇਹ ਘਰ ਦੀ ਝੋਟੀ ਜੀ। ਘਰ ਦੀ ਹੈ ਜੀ, ਹਨਾ। ਮਤਲਬ ਕੋਈ ਇਹ ਚ ਕਨਾਡਾ ਉਹ ਜੀ ਨਹੀਂ ਗੱਲ ਵੀ 1 ਰੁਪਈਏ ਦਾ ਵੀ ਨਹੀਂ ਫਾਲਟ ਹੈਗਾ ਅੱਜ। ਠੀਕ ਹੈ ਜੀ, ਠੀਕ ਹੈ। ਸਿਰਫ ਤੁਹਾਨੂੰ ਪਤਾ ਅੱਜ ਯੁੱਗ ਸਾਡੇ ਗਾਂ ਦੀ ਗਾਂ ਜਿਹੜਾ ਬਰੀਡਿੰਗ ਦੇ ਤੌਰ ਤੇ ਮਾਰਕਿੰਗ ਵਾਲਾ ਚੱਲਣ ਦਾ। ਮਾਰਕਿੰਗ ਵਾਲਾ ਸਹੀ ਗੱਲ ਹੈ ਜੀ। ਉਹਦੇ ਕਰਕੇ ਕਨਾਡਾ ਉਹਦਾ ਅਸਲ ਜਿਹੜੀ ਨੀਲੀ ਰਾਵੀ ਇਹੋ ਹੀ ਹੈ। ਇਹੀ ਹੈ, ਸਹੀ ਗੱਲ ਹੈ। ਜਿਹਨੂੰ ਪਿਓਰਟੀ ਪਿਓਰ ਪਿਓਰ ਕਹਿੰਦੇ ਹਨ। ਬਿਲਕੁਲ ਜੀ, ਬਿਲਕੁਲ। ਤੇ ਫਿਰ ਭਾਵੇਂ ਜਨਾਨੀ ਚ ਹੋਵੇ ਭਾਵੇਂ ਕਨਾਡਾ ਕੋਈ ਬੰਦਾ ਬਿਲਕੁਲ ਸਹੀ ਰਹੇ ਜਵੇ ਐਡੀ ਸੀਲ ਤੇ ਠੰਡੀ ਦੇ ਬੋਲੀ ਬੜੀ ਚੋਂ। ਤੇ ਬਾਜੀ ਕਿਨ ਮਸੂਆ ਸੁਣੀ ਜੀ ਫਿਰ ਅੱਜ ਕੀ ਸੁਣੀ ਯਾਰ? ਕਾ ਦੂਜਾ ਕਹਿਣ ਨੂੰ ਤਾਂ ਭਾਵੇਂ ਪਹਿਲਾਂ ਨਹੀਂ ਕਹਿ ਲੋ। ਹਾਂਜੀ ਹਾਂ, ਤੇ ਹਜੇ ਟਾਈਮ ਪਿਆ ਜੀ ਹਜੇ ਇਹਦਾ? ਹਾਂਜੀ ਹੈਗੇ ਜੀ 5-7 ਦਿਨ। ਆ ਦੇਖੋ ਜੀ ਲੇਵਾ, ਦੇਖੋ ਇਹ ਲੇਵਾ ਵੀ ਦੀ ਜਿਹੜੀ ਆਪਾਂ 3 ਲੱਖ ਵਾਲੀ ਨਹੀਂ ਵੇਚੀ ਮੱਝ ਇੱਕ? ਹਾਂਜੀ ਹਾਂਜੀ, ਪਿੱਛੇ ਜੇ। ਹਾਂਜੀ, ਲੇਵਾ ਇਹਨੇ ਉੱਡਾ ਹੀ ਮਾਰਨਾ। ਅੱਛਾ, ਉੱਡਾ ਹੀ ਮਾਰਨਾ ਹੈ ਜੀ? ਉੱਡਾ ਹੀ ਲੇਵਾ, ਉਹ ਤੋਂ ਛੋਟਾ ਨਹੀਂ ਮਾਰੂਗੀ। ਠੀਕ ਹੈ ਜੀ, ਹਾਂਜੀ। ਤੇ ਕਿੰਨਾ ਦੁੱਧ ਕੀਤਾ ਬਾਜੀ ਫਿਰ ਇਹਨੇ ਪਹਿਲਾਂ? ਨੇ ਇਹਨੇ ਪਹਿਲਾਂ ਨੇ ਬਾਈ ਜੀ 11.5 ਕਿਲੋ ਦੁੱਧ ਕੀਤਾ। 11.5 ਕਿਲੋ, 11.5 ਇੰਨਾ ਕਨਾਡਾ ਜਿਹੜਾ ਮਿਣਿਆ ਹੋਇਆ। ਕਹਿਣ ਨੂੰ ਮੈਂ ਜਿੰਨਾ ਮਰਜ਼ੀ ਗਈ ਜਾਂ। ਠੀਕ ਹੈ ਜੀ, ਐਰਕਾਂ ਭਾਵੇਂ ਦਿਨ ਨੂੰ ਕਨਾਡਾ ਜੇ ਸਾਂਭ ਉਹ ਜੀ ਵਾਲਾ ਭਾਵੇਂ 10 ਦਵੇ ਭਾਵੇਂ 14 ਤੱਕ 14 ਤੇ 12 ਦੇ ਵਿੱਚ ਰਹੂ 11 ਦੇ ਇੰਨੇ ਦੁੱਧ ਰਹੂਗੀ ਜੀ। ਕਰੂ ਰਵਾਨ ਨਾ ਕਰੂ। ਤੇ ਫਿਰ ਐਰ ਕੀ ਕਿਹੜੇ ਮਾਲੀ ਤੋਂ ਕੱਢਣਾ ਬਾਈ ਜੀ ਫਿਰ? ਨਹੀਂ ਇਹਨੂੰ ਟੀਕਾ ਲਵਾਇਆ ਬਾਈ ਜੀ। ਅੱਛਾ ਜੀ, ਟੀਕਾ ਹੈ ਸਰਕਾਰੀ ਆ ਕਨਾਡਾ, ਮੈਨੂੰ ਨੰਬਰ ਨਹੀਂ ਚੇਤਾ ਭੁੱਲ ਗਿਆ। ਹੈ ਸਰਕਾਰੀ ਨੀਲੀ, ਸਰਕਾਰੀ ਨੀਲੀ ਦਾ ਯਾਰ। ਠੀਕ, ਉਹ ਠੀਕ ਹੈ ਮੇਰੇ ਖਿਆਲ ਨਾਲ ਨਾ ਉਹ ਆਪਣਾ ਵਾ ਨਿਉਣ ਜਾਂ ਨਿਰਮਾ ਇਹਨਾਂ ਦੋਵਾਂ ਚੋਂ ਇੱਕ। ਹਾਂਜੀ ਬਿਲਕੁਲ ਜੀ। ਤੇ ਵੀ ਜੀ ਆ ਦੇਖੋ ਨੀਲੀ ਦੀ ਜਿਹੜੀ ਪਿਓਰ ਨੀਲੀ ਦਾ ਵੀ ਇਹਨੂੰ ਕਹਿੰਦੇ ਆ। ਤੇ ਆ ਦੇਖੋ ਬਣ ਤੋੜ ਲਓ ਮਾੜਾ। ਚੱਲ ਇਧਰ ਆ ਜੋ, ਬਸ ਐਂ ਖੁੱਲੇ ਛੱਡ ਦੇਣਾ ਹਨਾ ਬਾਈ ਜੀ। ਆ ਦੇਖੋ ਜੀ। ਤੇ ਬਾਜੀ ਫਿਰ ਇਹਦੀ ਕੀਮਤ ਜੀ? ਹਾਂਜੀ ਕੀਮਤ ਕੀਮਤ ਵੀਰ ਜੀ ਜਾਇਜ਼ ਹੀ ਆ, ਉਦਾਂ ਬਰੀਡਿੰਗ ਦੇ ਤੌਰ ਤੇ ਇਹੋ ਮੱਝ ਦਾ ਥੋੜਾ ਕੱਦ ਹੁੰਦਾ। ਹਾਂਜੀ, ਭਾਵੇਂ ਜਿੰਨੇ ਮਰਜ਼ੀ ਮੰਗੀ ਜਾਂਦੇ। ਬਿਲਕੁਲ ਜੀ, ਜਿਹੜੀ ਜੈਸਨੋ ਵਾਲੀ ਕਨਾਡਾ ਇੱਥੇ 72,000 ਮੁੱਲ ਦਾ। 72,000 ਰੁਪਈਆ? ਠੀਕ ਹੈ, ਚਲੋ ਠੀਕ ਹੈ। ਬਾਕੀ ਮੁੱਕੀ ਥੋੜਾ ਬਹੁਤ ਮਾਨਦਨ ਕਰ ਦੋ ਜੀ, ਕੋਈ ਗੱਲ ਨਹੀਂ। ਮਤਲਬ ਜਿੱਦਾਂ ਦੀ ਚੀਜ਼ ਆਪਾਂ ਉਦਾਂ ਦੀ, ਇਹ ਨਹੀਂ ਹਾਂਜੀ ਹਾਂ ਪਾਰਟੀ ਵਾਲੀ ਜ਼ਿਆਦਾ ਮਾਰਕਿੰਗ ਆ ਜੇ ਉਹਦੇ ਵਿੱਚ ਤੁਹਾਨੂੰ ਪਤਾ ਰੇਟ ਦਾ ਹੋ ਜਾਂਦਾ। ਬਿਲਕੁਲ ਜੀ, ਬਿਲਕੁਲ ਬਿਲਕੁਲ। ਇਹਦਾ ਇਹ ਆ ਵੀ ਕਨਾਡਾ ਚੋਣ ਸਾਫ਼ ਛੱਟੇ ਦੀ, ਇਸ ਵਕਤ ਜਿਹੜਾ ਪਹਿਲਾਂ ਵੀ ਸੂਨ ਤੋਂ ਖੜੇ ਉਹਦੀ ਆਪਣੀ ਗਰੰਟੀ। ਹਾਂਜੀ ਹਾਂਜੀ, ਕੋਈ ਪਿਛਾ ਭੂਰ ਛੱਟਾ ਹੋਵੇ, ਥਣ ਵੱਧ ਘੱਟ ਹੋਵੇ। ਠੀਕ ਹੈ ਜੀ, ਚੋਣ ਵੀ ਪੋਲੀ ਤੇ ਫਿਰ ਥਣ ਵੀ ਪੂਰਾ ਲੰਮਾ ਕਰਦੀ। ਹਾਂਜੀ ਹਾਂ ਬਿਲਕੁਲ, ਸੋਹਣਾ ਕਰਦੀ ਹੈ ਜਿਹੜੇ ਨੇ ਐਡਾ ਵਾਨਾ ਪੂਰਾ ਬਣਾਉਣਾ ਵਾ। ਠੀਕ ਹੈ ਜੀ, ਠੀਕ ਹੈ। ਅਜੇ ਪੂਰਾ ਬਣਾਓਗੇ? ਟਾਈਮ ਪਿਆ ਜੀ ਅਜੇ, ਪੂਰਾ ਅਜੇ ਟਾਈਮ ਹੈਗੇ 5-7 ਦਿਨ ਹੈਗੇ। ਹਾਂਜੀ ਹਾਂ ਬਿਲਕੁਲ। ਤੇ ਹੋਰ ਕੁਝ ਬਾਜੀ ਫਿਰ? ਮਤਲਬ ਕਈ ਵਾਰ ਕਮੈਂਟ ਆਉਂਦੇ ਹੁੰਦੇ ਆ। ਹਾਂਜੀ, ਵੀ ਹਿੰਦੀ ਚ ਵੀ ਬਤਾਓ। ਹਾਂਜੀ ਹਾਂਜੀ, ਕਿ ਲਈ ਵੀ ਜੇ ਆ ਵੀ ਬਹੁਤ ਬੜੀਆ ਬੈਂਸ ਹੈ। ਹਾਂਜੀ ਹਾਂਜੀ, ਅਗਰ ਉਹ ਵੀ ਲੈਣਾ ਚਾਹੇ ਹਰਿਆਣਾ ਯੂਪੀ ਜੋ ਵੀ ਕਹੀਂ ਸੇ ਵੀ ਹੋ। ਹਾਂਜੀ ਹਾਂਜੀ, ਬਹੁਤ ਬੜੀਆ ਬੈਂਸ ਹੈ ਜੀ। ਨਹੀਂ ਸਹੀ ਗੱਲ ਹੈ, ਹਾਂ ਬੁੱਲੀ ਚਾਰੂ ਬੜੀ ਮੱਝ। ਹਾਂਜੀ ਹਾਂ। ਤੇ ਬਾਜੀ ਫਿਰ ਫੀਡ ਫੂਡ ਕਿੰਨੀ ਪਾ ਦਿੰਦੇ ਜੀ ਇਹਨੂੰ? ਫੀਡਾ ਵੇਖ ਲਓ ਤੁਹਾਡੇ ਸਾਹਮਣੇ ਹੀ ਹੈ, ਆ ਖਾ ਲਓ, ਮੇਰੇ ਖਿਆਲ ਨਾਲ ਫੀਡ ਸਹੀ ਨਹੀਂ ਹੈ। ਆਪਾਂ ਵੇਖ ਲਓ, ਅੱਗੇ ਮੈਂ ਇੱਕ ਪਹਿਲੀ ਵੀਡੀਓ 'ਚ ਗੱਲ ਕੀਤੀ ਸੀ ਨਾ। ਹਾਂਜੀ, ਵੀ ਬਜ਼ਾਰੀ ਵੰਡ ਹੱਥ ਵਾਲਾ ਵੰਡ ਮੈਂ ਨਹੀਂ ਕਦੀ ਆਪਾਂ ਬਣਾ ਕੇ ਆਈ, ਬਜ਼ਾਰੀ ਵੰਡ ਕਰਨਾ ਬਜ਼ਾਰੀ ਬਣਾ ਦੇ। ਹਾਂਜੀ ਹਾਂ, ਜਾਂ ਫੀਡ ਹੈ ਜਾਂ ਫੀਡ ਫਿਰ ਕਿਹੜੀ ਕਾਰਗਿਲ ਦੀ ਜੀ? ਨਹੀਂ ਨਹੀਂ ਇਹ ਕਾਰਗਿਲ ਨਹੀਂ, ਇਹ ਨਿਊਟਰੀ ਕਹਿਣਾ ਵਾ। ਅੱਛਾ ਨਿਊਟ, ਹਾਂ ਠੀਕ ਹੈ। ਨਵੀਂ ਕਨਾਲ ਦਾ ਫੀਡ ਹੈ ਆਪਣੀ। ਹਾਂਜੀ, ਮਤਲਬ ਕਾਰਗਿਲ ਆਪਾਂ ਮਾੜੀ ਨਹੀਂ ਕਿਸੇ ਨੂੰ ਵੀ ਕਹਿੰਦੇ। ਹਾਂਜੀ, ਚੰਗੇ ਚੰਗੇ ਸਭ ਚੰਗੇ ਜਿਹੜੀ ਤੁਸੀਂ ਆਪਾਂ ਆਪ ਵਰਤਦੇ ਕਹਿੰਦੇ ਜੀ, ਇਹ ਸੂਨ ਤੋਂ ਪਹਿਲਾਂ ਵਾਲੀ ਹੈ ਪ੍ਰੈਗਨੈਂਟ ਵਾਲੀ। ਤੇ ਹੋਰ ਘਿਓ ਘੂ ਦਿੱਤਾ ਜੀ ਫਿਰ ਇਹਨੂੰ? ਨਹੀਂ ਐਰਕਾਂ ਘਿਓ ਇਹਨੂੰ ਦਿੱਤਾ ਜੀ, ਡਾਲਡਾ 4 ਕਿਲੋ ਦਿੱਤਾ। 4 ਕਿਲੋ ਪਿਛਲੇ ਸੂਏ ਤਾਂ ਪਹਿਲਾਂ ਨੂੰ ਦਿੱਤਾ ਹੈ ਥੋੜਾ ਵੱਧ। ਹਾਂਜੀ, ਐਰਕਾਂ ਡਾਲਡਾ ਘਿਓ 4 ਕਿਲੋ ਦਿੱਤਾ ਬਸ। ਠੀਕ ਹੈ ਜੀ, ਠੀਕ ਹੈ। ਇਹ ਆਪਣਾ ਮਾਲੀ ਹੈ, ਇਹ ਕੱਟਾ ਨਾ ਖੇਡਣ ਡਿਆ ਕੱਟਾ। ਹਾਂਜੀ ਹਾਂ, ਇਹ ਉਹੀ ਵੱਡੀ ਮਾਤਾ ਜੀ ਨਾ ਜੀ ਆਪਣੀ ਦਾ। ਵੱਡੀ ਮਾਤਾ ਹੈ ਤੇ ਬਾਜੀ ਫਿਰ ਤਿਆਰ ਕਰੋਗੇ ਫਿਰ ਹਨੇ ਜੀ ਨੂੰ? ਆ ਵੇਖੋ ਸਾਡੇ ਮਾਝੇ ਜਿੱਦਾਂ ਹੀ ਤਿਆਰ ਹੋਣੀ ਚੀਜ਼ ਹੈ। ਫਾਇਦਾ ਇਹਨੇ ਮੇਰੇ ਖਿਆਲ ਨਾਲ ਨਾ ਮਾਝ ਦੁੱਧ ਨੂੰ ਚੁੰਘਣਾ ਨਾ। ਹਾਂਜੀ ਹਾਂ, ਛੱਡ ਦਿੰਦੇ ਇਹਦੇ ਉੱਤੇ ਜਰੂਰ ਮਾਝ ਕੋ ਸਿੱਧਾ। ਇੱਧਰ ਆ ਸਿਕੰਦਰ, ਇੱਧਰ ਆ। ਕੀ ਨਾਂ ਰੱਖਿਆ ਜੀ? ਇਹਦਾ ਨਾਂ ਸਿਕੰਦਰ ਰੱਖਿਆ। ਸਿਕੰਦਰ ਰੱਖਿਆ ਜੀ, ਡਾਇਮੰਡ ਦਾ ਹਰੀ ਕਿਹਾ। ਡਾਇਮੰਡ ਦਾ, ਠੀਕ ਹੈ ਜੀ। ਅੱਛਾ ਜੀ, ਬਸ ਐ ਪਿਆ ਚੁੰਘ ਲੈਣਾ ਹੈ ਨੀ।
ਬਸ ਸਾਰਾ ਇਹੀ ਪੀਂਦਾ ਜੀ ਫਿਰ ਇਹ ਇਹੋ ਇਹਨੂੰ ਹੀ ਛੱਡ ਛੁੱਟ ਦਈਦਾ ਹੁਣ ਨਹੀਂ ਕੋਈ ਚੋਈ ਨਹੀਂ ਮਾਰੇ ਇੱਕ ਦਿਨ ਚੋਈ 8 ਕਿਲੋ ਦੇ ਲੱਗ ਜਾ ਗਿਆ ਹੈਗਾ ਦੋ ਹਾਂਜੀ ਹਾਂਜੀ ਚੋਈ ਨੂੰ ਮੇਰੇ ਖਿਆਲ ਨਾਲ 8-9 ਮਹੀਨੇ ਹੋ ਗਏ ਨੇ ਤੇ ਹੁਣ ਗੱਬਨ ਤਾਂ ਨਹੀਂ ਹੈਗੀ ਜੀ ਕਿ ਹੈਗੀ ਆ ਹਾਂਜੀ ਗੱਬਨ ਨਹੀਂ ਗੱਬਨ ਕਰਾਤੀ ਜੀ ਕਰਾਦੀ ਜੀ ਤੇ ਕਿਹੜੇ ਮਾਲੀ ਕਰਾਈਏ ਫਿਰ ਜੀ ਇਹ ਵੀਡੀਓ ਜੇ ਕਨਾਲ ਦਾ ਜਦੋਂ ਪ੍ਰੈਗਨੈਂਟ ਨਿਕਲਾ ਉਹ ਦਿਨ ਦੱਸਾਂਗੇ ਅੱਛਾ ਉਹ ਦਿਨ ਹਾਂਜੀ ਚਲੋ ਫਿਰ ਬਾਈ ਫਿਰ ਐਡਰੈਸ ਬੋਲ ਦੋ ਜੀ ਆਪਣਾ ਐਡਰੈਸ ਪਿੰਡ ਰਾਜੀਆਂ ਜੀ ਹਾਂਜੀ ਹਾਂਜੀ ਤੇ ਤਹਿਸੀਲ ਹੈ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਹੈ ਜੀ ਹਾਂਜੀ ਨਾਮ ਤੇ ਫੋਨ ਨੰਬਰ ਜੀ ਨਾਮ ਦਿਲਸ਼ੇਰ ਸਿੰਘ ਤੇ ਫੋਨ ਨੰਬਰ 9562352903 ਇੱਕ ਵਾਰ ਫਿਰ ਬੋਲ ਦੋ ਜੀ 9562352903 ਇਹੀ ਨੰਬਰ WhatsApp ਚੱਲਦਾ ਜੀ ਇਸੇ ਤੇ WhatsApp ਚੱਲ ਚਲੋ ਬਾਕੀ ਫਿਰ ਕੋਈ ਨੁਕਤੇ ਨਾ ਤੇ ਬਾਅਦ ਪੁੱਛਾਂ ਕੋਈ ਨਹੀਂ ਕਰ ਲਾਂਗੇ ਹੁਣ ਵੀ ਤੁਹਾਡਾ ਤੋਂ ਹਾਂਜੀ ਹਾਂ ਮੈਂ ਤੁਹਾਨੂੰ ਫੋਨ ਮਾਰਿਆ ਜਾਣ ਕੇ ਬਿਲਕੁਲ ਜੀ ਬਿਲਕੁਲ ਬਿਲਕੁਲ ਨਹੀਂ ਬਾਜ ਕਹਿੰਦੇ ਵੀ ਮੈਨੂੰ ਮੈਂ ਚਲਾ ਜਾਓ ਕਨਲ ਦਾ ਹਾਂਜੀ ਹਾਂ ਚਲੋ ਠੀਕ ਹੈ ਬਾਜੀ ਸਤਿ ਸ਼੍ਰੀ ਅਕਾਲ ਜੀ ਚੰਗੀ ਆ ਕੋਈ ਨਹੀਂ ਯਕੀਨ ਤੇ ਜਿੰਨੇ ਖੜਨੀ ਲੈ ਹਾਂ ਬਸ ਠੀਕ ਹੈ ਜੀ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ